ਮੈਂ ਜਨਾਬ ਇਹ ਕੰਮ ਕੀਤਾ ਤੇ ਇਸ ਕੰਮ ਨੂੰ ਮੈਂ ਸਾਰੇ ਨੂੰ ਜਾਣਨਾ, ਮੈਂ ਸਾਰੇ ਕੰਮ ਨੂੰ ਜਾਣਨਾ, ਮੈਂ ਇਹਨੂੰ ਔਲਾ ਪੈ ਗਿਆ, ਮੈਂ ਇਹਦਾ ਜਾ ਪੁੱਠਾ, ਮੈਂ ਇਹਦਾ ਵਾਨ 'ਚ ਡਿੱਗ ਪਿਆ, ਮੈਂ ਆਪ ਕੱਢ ਲੈਣਾ ਸਾਰਾ। ਡੰਗਰ ਦਾ ਪਾਲਾ ਨਹੀਂ ਲੈਣਾ, ਡੰਗਰ ਨੂੰ ਪੱਠੇ ਨਹੀਂ ਪੈਣੇ, ਉਹ ਤੋਂ ਬਿਮਾਰੀ 'ਚ ਆ ਗਈ। ਇੱਕ ਖੁਰਾਕ ਨਾਲ ਫਰਕ ਨਾ ਪਏ ਤਾਂ ਫਿਰ ਖੁਰਾਕ ਕਾਹਦੀ। ਸਰਕਾਰ ਮੱਝਾਂ ਸਵੇਲੇ ਖੋਲੀਆਂ ਨੇ, ਨਿਗਾਹ ਮਾਰੀ ਹੈ ਮੱਝਾਂ 'ਚ, ਜਿਹੜੀ ਮਈ ਢਿੱਲੀ ਮੱਠੀ ਹੈ ਸਵੇਲੇ ਪਤਾ ਲੱਗ ਗਿਆ ਮਈ ਸ਼ਾਮ ਤੱਕ ਢਿੱਲੀ ਰਹੇਗੀ। ਮੱਝ ਚੰਗੀ ਹਰ ਪਾਸੇ ਹੀ, ਉਹਦੇ ਆਪਣੀ ਨਿਗਾਹ, ਉਹ ਬੰਦਾ ਜਿਹੜਾ ਜਾਣਦਾ ਪਛਾਣਦਾ, ਜਿਹਨੂੰ ਪਛਾਣ ਹੈ ਮੱਝਾਂ ਦੀ, ਉਹ ਕਿਤੇ ਵੀ ਲਾਈ ਹੋਊਗਾ ਤੁਹਾਨੂੰ ਚੰਗੀ ਮੈਂ ਕੱਢ ਕੇ ਦੇ। ਸਰਕਾਰ ਉੱਥੇ ਵੀ ਮੱਝਾਂ ਕਈਆਂ ਕਿਸਮਾਂ ਦੀਆਂ, ਮੈਂ ਜਾਣਾ ਹਰ ਮੰਡੀ ਜਾਣਾ ਹਰ ਫਲ, ਕਈਆਂ ਨਸਲਾਂ ਦੀਆਂ ਮਈਆਂ ਵੇਖੀਆਂ ਨੇ। ਨਸਲਾਂ ਇੱਧਰ ਦੀਆਂ ਜਟਕੀਆਂ, ਬਜਵਾਦ ਦੀਆਂ, ਨਰਵਾਲ ਦੀਆਂ, ਸ਼ਕਰਗੜ ਦੀਆਂ, ਕੱਟੀਆਂ ਪਲੀ ਦੀਆਂ ਉੱਧਰ ਤੁਰ ਗਈਆਂ। ਮਾਨਕਰਾਣ ਚੁੱਕਣਾ ਜੇ ਹਾਂ ਲੀਲੀ ਜੀ ਲਿਆਂਦੀ, ਪਰ ਮੈਂ ਜੰਪਲ ਲੀਲੀ ਦੀ ਨਹੀਂ ਹੈ। ਸਰਕਾਰ ਮੈਂ ਉੱਥੋਂ ਗਿਆ ਜੂ ਦੇ ਵਿੱਚ, ਮੈਂ ਕਿਹਾ ਯਾਰ ਨਾਂ ਬੜਾ ਸੁਣਿਆ ਵੇ ਅਤੇ ਪੈਂਡਾ ਵੀ ਬੜਾ ਕਰਕੇ ਆਇਆ, ਬੰਦੇ ਬੈਠੇ ਤਾਂ ਮੈਂ ਕਿਹਾ ਨਾਂ ਤਾਂ ਬੜਾ ਸੁਣਿਆ ਯਾਰ ਲੀਲੀ ਦਾ, ਅਤੇ ਲੀਲੀ ਦੀ ਆ ਕੇ ਮਈ ਦੇ ਕੋਈ ਮਰਜ਼ੀ ਦੀ ਵੇਖੀ ਨਹੀਂ। ਉਹ ਬੁੱਢਾ ਜਿਹਾ ਬੰਦਾ ਸੀ, ਉਹਨੂੰ ਗਰਮੀ ਸਰਦੀ ਲੱਗੀ ਗੱਲ ਦੀ, ਉਹਨਾਂ ਕਿਹਾ ਬੱਚਾ ਜਾ ਪਿਛਲੇ ਪਾਸੇ ਮੱਝਾਂ ਵੇਖ ਜਾ, ਕਹਿਣਾ ਵੇਖ। ਮੈਂ ਪਿਛਲੇ ਪਾਸੇ ਤੁਰ ਗਿਆ, ਮੈਂ ਵੇਖੀਆਂ ਮਈਆਂ, ਮੇਰਾ ਦਿਲ ਰਾਜ਼ੀ ਹੋਇਆ। ਉਸ ਬੰਦੇ ਨੇ ਕਿਹਾ ਪੁੱਤਰ ਇਹ ਤੁਹਾਡੇ ਇਲਾਕੇ ਦੀਆਂ ਮੱਝਾਂ ਨੇ ਜਿਹੜੀਆਂ ਤੂੰ ਵੇਖਣਾ ਪਿਆ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। السلام علیکم ویئرز، ولیج گائیڈ اینڈ فارمنگ میں عبید عوان کی جانب سے تمام ناظرین کو خوش آمدید۔ ناظرین، آج کی ویڈیو میں استاد پرویز صاحب سے آپ کی ملاقات کرائی جا رہی ہے۔ استاد پرویز صاحب کی ساری زندگی جانوروں میں گزری ہے، جانوروں کی تمام امراض، ان کی پہچان اور جانوروں کی تمام خوبیاں اور خامیاں ان کو اچھی طرح جانتے ہیں۔ ناظرین، ویڈیو کا ٹریلر آپ دیکھ سکے ہیں، مزید تفصیل کے لیے آپ ویڈیو پوری دیکھیں۔ ناظرین، نئے آنے والے دوستوں سے میری گزارش ہے کہ وہ ہمارے چینل کو سبسکرائب کریں اور فیس بک پیج کو لائک کرنا مت بھولیے، اور ویڈیو کو لائک اور شیئر کیجئے۔ اپنا کوئی مسئلہ ہو تو اس کو کمنٹ باکس میں ضرور کمنٹ کیا کریں۔ چلیے جی، ویڈیو کا آغاز کرتے ہیں۔ السلام علیکم۔ وعلیکم السلام۔ بھائی جان، کی نام ہے تہاڈا؟ میرا نام پرویز۔ سب تو پہلے دسو کہ مجھاں دا کاروبار تو ہی کنی دیر تو کر رہے ہو؟ میری جی ساری عمر ہی گزر گئی جی۔ زندہ باد۔ کنا کا تجربہ تسی ادے وچ حاصل کر لیا؟ لوگ کہندے نے کہ تانوں ہر گل دا پتہ چل جاندا ہے۔ میں جناب اے کم کیتا ہے تے اس کم نوں میں سارے نوں جاننا، میں نوں اولا پے گیا، میں دا جا پٹھا ہے، میں دا وانے وچ ڈگ پیا ہے، سمجھ گئی جی، میں آپ کڈ لینا سارا۔ اچھا، ہن سانوں ایک ایک کر کے دسنا جے، کیونکہ تسی تانوں لوگ بلاندے نے۔ ਅਸੀਂ ਇੱਕ ਬੰਦੇ ਕੋਲ ਕਿਹਾ, ਉਹਨੇ ਕਿਹਾ ਕਿ ਅਸੀਂ ਡਾਕਟਰ ਨੂੰ ਨਹੀਂ ਬੁਲਾਉਂਦੇ, ਪਹਿਲੇ ਪ੍ਰਵੇਸ਼ ਸਾਹਿਬ ਨੂੰ ਬੁਲਾਉਂਦੇ ਹਾਂ, ਅਤੇ ਅਸੀਂ ਇਹ ਗੱਲ ਸੁਣ ਕੇ ਬੜੇ ਹੈਰਾਨ ਹੋਏ ਹਾਂ। ਹੁਣ ਤੁਸੀਂ ਆਪ ਹੀ ਦੱਸਣਾ ਇੱਕ ਇੱਕ ਕਰਕੇ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਬਹੁਤੀਆਂ ਲੱਗਦੀਆਂ ਨੇ ਪਈਆਂ, ਅਤੇ ਉਹਨਾਂ ਦਾ ਇਲਾਜ ਕੀ ਹੁੰਦਾ? ਬਿਮਾਰੀਆਂ ਜਨਾਬ ਜਿਹੜਾ ਕੋਈ ਮੌਸਮ ਬਣਿਆ ਦਾ, ਜਿਹੜੀ ਨਹੀਂ ਬਿਮਾਰੀ ਉਹ ਵੀ ਬਿਮਾਰੀ ਬਣ ਜਾਂਦੀ। ਡੰਗਰ ਦਾ ਪਾਲਾ ਨਹੀਂ ਲੈਣਾ, ਡੰਗਰ ਨੂੰ ਪੱਠੇ ਨਹੀਂ ਪੈਣੇ, ਉਹ ਤੋਂ ਬਿਮਾਰੀ 'ਚ ਆ ਗਈ। ਸਹੀ ਹੋ ਗਿਆ। ਹੁਣ ਮਿਸਾਲ ਤੌਰ 'ਤੇ ਇੱਕ ਡੰਗਰ ਜਿਹੜਾ ਵੇ ਉਹ ਪੱਠੇ ਘੱਟ ਖਾਂਦਾ ਪਿਆ, ਉਹਦਾ ਉਹ ਕੀ ਵਜ੍ਹਾ ਹੋ ਸਕਦੀ ਹੈ? ਉਹ ਕਈ ਡੰਗਰਾਂ ਨੂੰ ਠੰਡ ਮਹਿਸੂਸ ਹੋ ਜਾਂਦੀ, ਅੰਦਰ ਬੁਖਾਰ ਬਣ ਜਾਂਦਾ, ਉਹ ਪੱਠੇ ਨਹੀਂ ਚੁੱਕਦਾ। ਉਹਦਾ ਫਿਰ ਕੀ ਇਲਾਜ ਕਰਦੇ? ਉਹਦਾ ਕੋਈ ਇਲਾਜ ਮਾਰਚਾ ਹੋਵੇ ਤਾਂ ਫਿਰ ਉਹ ਪੱਠੇ ਚੁੱਕਦਾ। ਸਹੀ ਹੋ ਗਿਆ। ਬੰਦਾ ਅਗਲੇ ਨੂੰ ਮੇਰੇ ਕੋਲ ਆਇਆ ਸੀ ਇੱਥੋਂ ਦਾ, ਮੇਰਾ ਹਾਲੇ ਰਸੂਲਪੁਰ ਦਾ, ਉਹਨੇ ਕਿਹਾ ਯਾਰ ਮੇਰੇ ਕੋਲ ਚਾਰ ਮੱਝਾਂ ਨੇ ਪੱਠੇ ਪਾ ਕੇ ਕੋਲ ਬਹਿ ਰਹੇ, ਨਾ ਮੂੰਹ ਨਹੀਂ ਲਾਉਂਦੀ। ਮੈਂ ਕਿਹਾ ਉਹਨੂੰ ਅੱਧ ਅੱਧ ਭਾਅ ਮਰਚਾਂ ਦੇ ਦਾਦਣ। ਉਹ ਤੀਜੇ ਦਿਨ ਆਇਆ, ਕਹਿੰਦਾ ਭਾਅ ਮੈਨੂੰ ਹੋਰ ਇਲਾਜ ਦੱਸ, ਮੱਝਾਂ ਪੱਠੇ ਲੱਗ ਪਈਆਂ ਨੇ ਖਾਣ। ਮੈਂ ਕਿਹਾ ਇੱਕ ਅਸਰ ਅਸਰ ਉਹਨਾਂ ਨੂੰ ਮਿੱਠਾ ਤੇਲ ਦੇ। ਉਹਨੇ ਜਾ ਕੇ ਦਿੱਤਾ, ਦੂਜੇ ਚੌਥੇ ਦਿਨ ਫਿਰ ਆਇਆ, ਕਹਿੰਦਾ ਵੀ ਤੇਰੀ ਮਿਹਰਬਾਨੀ ਹੈ, ਮੇਰੇ ਡੰਗਰ ਠੀਕ ਹੋ ਗਏ। ਜ਼ਿੰਦਾਬਾਦ। ਮੈਂ ਤਾਂ ਇੰਨਾ ਕੰਮ ਕਰ ਸਕਦਾ ਜੀ, ਉਹ ਵੀ ਡੰਗਰ ਵੇਖ ਕੇ ਦੱਸ ਸਕਣਾ। ਅਤੇ ਉਹਨੇ ਕਿਹਾ ਯਾਰ ਮੈਂ ਕਿਹਾ ਮੇਰੇ ਕੋਲ ਟਾਈਮ ਕੋਈ ਨਹੀਂ ਉੱਥੇ ਜਾਣ ਦਾ। ਸਹੀ ਹੈ। ਅਤੇ ਮੈਂ ਕਿਹਾ ਤੂੰ ਇਹ ਡੰਗਰਾਂ ਨੂੰ ਦੇ ਕੋਈ ਦੋ ਡੰਗ। ਯਾਨੀ ਲੋਕ ਤੁਹਾਡੇ ਕੋਲ ਉਂਝ ਵੀ ਤੁਹਾਨੂੰ ਗੱਲ ਦੱਸ ਦਿੰਦੇ, ਤੁਸੀਂ ਇਹਨਾਂ ਨੂੰ ਇਲਾਜ ਦੱਸ ਸਕਦੇ? ਅੱਛਾ, ਹੁਣ ਇੱਕ ਤੁਸੀਂ ਇਲਾਜ ਦੱਸਿਆ ਕਿ ਪੱਠੇ ਨਹੀਂ ਹਨ ਖਾਂਦੇ ਪਏ, ਤੁਸੀਂ ਇਹ ਇਲਾਜ ਦੱਸਿਆ, ਅਗਲਾ ਫਾਰੇ ਦਾ ਦੱਸਿਓ। ਫਾਰੇ ਦਾ ਉਹ ਭਾਅ ਜੀ ਕਈਆਂ ਨੂੰ ਖੁਸ਼ਕੀ ਨਾਲ ਵੀ ਹੋ ਜਾਂਦਾ। ਅੱਛਾ। ਕਈਆਂ ਨੂੰ ਠੰਡ ਨਾਲ ਹੋ ਜਾਂਦਾ, ਕਈਆਂ ਦੇ ਅੰਦਰ ਬੁਖਾਰ ਵਿਗੜ ਜਾਂਦਾ, ਉਹਦੇ ਨਾਲ ਫੁੱਲੇ ਰਹਿੰਦੇ ਨੇ। ਉਹਨਾਂ ਨੂੰ ਪਾਣੀ ਗਰਮ ਕਰਕੇ ਤੇਲ ਵਿੱਚ ਪਾ ਕੇ ਦੇਈਏ, ਫੜਾ ਲੈ ਜਾਂਦੇ। ਮੈਂ ਸੁਣਿਆ ਕਿ ਮੱਝ ਨੂੰ ਇੱਕ ਦੋ ਤਿੰਨ ਖੁਰਾਕ ਨਾਲ ਫਰਕ ਨਹੀਂ ਪੈਂਦਾ, ਕੋਈ ਚਾਰ ਪੰਜ ਵਾਰੀ ਖੁਰਾਕ ਦੇਈਏ ਤਾਂ ਫਿਰ ਮੱਝ ਨੂੰ ਫਰਕ ਪੈਂਦਾ? ਗੱਲ ਸਹੀ ਹੈ। ਇੱਕ ਖੁਰਾਕ ਨਾਲ ਫਰਕ ਨਾ ਪਏ ਤਾਂ ਫਿਰ ਖੁਰਾਕ ਕਾਹਦੀ? ਅੱਛਾ ਜੀ। ਹਾਂਜੀ। ਲੇਕਿਨ ਅਸੀਂ ਇੱਕ ਬੰਦੇ ਗੱਲ ਸੁਣੀ ਸੀ, ਉਹ ਕਹਿੰਦਾ ਸੀ ਕਿ ਮੱਝਾਂ ਵੱਡੀਆਂ ਹੁੰਦੀਆਂ ਨੇ, ਵੱਡਾ ਜਿਸਮ ਹੁੰਦਾ, ਇਹਨਾਂ 'ਤੇ ਅਸਰ ਹੁੰਦਿਆਂ ਟਾਈਮ ਲੱਗਦਾ, ਲੋਕ ਕਾਲੇ ਪਾਈ ਜਾਂਦੇ। ਜ਼ਹਿਰ ਕਿੰਨਾ ਕੁ ਹੁੰਦਾ? ਸੱਪ ਡੰਗ ਉਂਗਲ 'ਤੇ ਮਾਰਦਾ, ਜ਼ਹਿਰ ਸਾਰੇ ਜਿਸਮ 'ਚ ਫੈਲ ਜਾਂਦਾ ਇੱਕ ਸਕਿੰਟ 'ਚ। ਸਹੀ ਹੋ ਗਿਆ। ਅਤੇ ਤੁਹਾਡੀ ਨਜ਼ਰ 'ਚ ਗੱਲ ਦਰੁਸਤ ਹੈ ਜਾਂ ਦਰੁਸਤ? ਟਾਈਮ ਲੱਗਦਾ ਉਹਨੂੰ ਠੀਕ ਹੁੰਦਾ? ਟਾਈਮ ਤਾਂ ਲੱਗੇਗਾ ਪਰ ਅਸਰ ਹੋਏਗਾ। ਅੱਛਾ, ਠੀਕ ਹੋ ਗਿਆ। ਉਹਨਾਂ ਦੱਸੋ ਕਿ ਅਗਰ ਮੱਝ ਦਾ ਥਣ ਖਰਾਬ ਹੋ ਗਿਆ, ਥਣ ਕਿਉਂ ਕਿਉਂ ਖਰਾਬ ਹੁੰਦਾ ਅਤੇ ਇਲਾਜ ਕੀ ਹੈ? ਕਈਆਂ ਨੂੰ ਖੁਸ਼ਕੀ ਨਾਲ ਹੋ ਗਏ ਨੇ, ਥਣ ਫੁੱਟ ਗਏ ਨੇ, ਉਹਨਾਂ ਨੂੰ ਕੁਥਿੰਦਾ ਛਿੰਦਾ ਦਿਓ, ਥਣ ਸੈੱਟ ਹੋ ਜਾਣਗੇ, ਅੰਦਰ ਮਹੀਆਂ ਦੇ ਠਿੰਦਾ ਦਿਓ, ਲਿਆਦਾ ਬਿਲਕੁਲ ਠੀਕ ਹੋ ਜਾਵੇ ਥਣ।
ਥਣ ਜਦੋਂ ਮੱਝਦਾ ਖਰਾਬ ਹੋ ਜਾਂਦਾ ਤੇ ਕਿਸ ਨਾਲ ਪਤਾ ਚੱਲ ਜਾਂਦਾ ਅਣਜਾਣ ਬੰਦੇ ਨੂੰ? ਤਿੰਨ ਚੌਕ ਤਿੰਨ ਇੱਕ ਚੋਇਆ ਨਹੀਂ ਗਿਆ, ਉਹਦੇ ਕਰਕੇ ਰੁਕਾਵਟ ਆ ਗਈ ਦੀ, ਲਿਆਦਾ ਉਹਦਾ ਕੋਈ ਇਲਾਜ ਕੀਤਾ ਜਾਏ ਤਾਂ ਬਿਹਤਰ ਹੋ ਜਾਏਗਾ। ਮੱਝ ਕੋਈ ਲੱਤ ਲੁੱਤ ਵੀ ਮਾਰਦੀ ਹੈ? ਲੱਤਾਂ ਤਾਂ ਮੱਝ ਜਦੋਂ ਥਣ ਨੂੰ ਦਰਦ ਹੋਣੀ ਲੱਤ ਤਾਂ ਮੱਝ ਨੇ ਮਾਰਨੀ। ਅਫਾਰਾ ਹੋ ਗਿਆ, ਉਹਦੇ ਬਾਅਦ ਥਣ ਵਾਲਾ ਮਾਮਲਾ ਹੋ ਗਿਆ, ਬੁਖਾਰ ਹੋ ਗਿਆ, ਜਿਹੜੀ ਮੱਝ ਪਿੱਛਾ ਮਾਰ ਜਾਂਦਾ ਕੀ ਕਰਦੇ ਹੋ? ਉਹ ਪਿੱਛਾ ਤਾਂ ਮੱਝ ਹੈ ਹੀ ਹੈ, ਕਈ ਮੱਝਾਂ ਖੁਸ਼ਕੀ ਨਾਲ ਮਾਰਦੀਆਂ ਨੇ, ਕਈਆਂ ਮੱਝਾਂ ਨੂੰ ਤੂੜੀ ਨਹੀਂ ਮਾਫਕ ਹੁੰਦੀ, ਉਹ ਗਰਮਾਈ ਅੰਦਰ ਦਿੰਦੀਆਂ ਨੇ, ਗਰਮਾਈ ਨਾਲ ਮਾਰ ਦਿੰਦੀਆਂ। ਸਹੀ ਹੈ, ਹਾਂਜੀ। ਉਹ ਇਹ ਹਿਸਾਬ ਹੈ ਮੱਝ ਨੂੰ ਵੇਖ ਕੇ ਉਹਦੀ ਜਿਸਮ ਕਿਸ ਤਰ੍ਹਾਂ ਦਾ, ਠੰਡਾ ਹੈ ਗਰਮ ਹੈ, ਉਹਦਾ ਸੌਦਾ ਐਸਾ ਦਿੱਤਾ ਜਾਏ ਜਿਹੜਾ ਦੋਵੇਂ ਚੀਜ਼ਾਂ ਕੰਟਰੋਲ ਕਰਨ, ਨਾ ਜਿਸਮ ਵਾਲਾ ਬਹੁਤਾ ਗਰਮ ਹੋਏ ਨਾ ਬਹੁਤਾ ਠੰਡਾ ਹੋਏ, ਉਹ ਲਿਆ ਜਾਣਾ ਮੱਝ ਨਾ ਪਿੱਛਾ ਕੱਢੇ। ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲ ਜਾਂਦਾ ਇੱਕ ਮੱਝ ਟੁਰਦੀ ਹੋਏ, ਤੁਹਾਨੂੰ ਪਤਾ ਚੱਲ ਜਾਂਦਾ ਫਲਾਣਾ ਨੁਕਸ ਹੈ? ਸਰਕਾਰ ਮੱਝਾਂ ਸਵੇਲੇ ਖੋਲੀਆਂ ਨੇ, ਨਿਗਾਹ ਮਾਰੀ ਹੈ ਮੱਝਾਂ 'ਚ, ਜਿਹੜੀ ਮਈ ਢਿੱਲੀ ਮੱਠੀ ਹੈ ਸਵੇਲੇ ਪਤਾ ਲੱਗ ਗਿਆ ਮਈ ਸ਼ਾਮ ਤੱਕ ਢਿੱਲੀ ਰਹੇਗੀ। ਅੱਛਾ ਜੀ ਭਾਈ ਜਾਨ, ਦੁੱਧ ਅਗਰ ਡੰਗਰ ਦਾ ਘੱਟ ਜਾਂਦਾ ਕਿਸੇ ਵੀ ਵਜ੍ਹਾ ਤੋਂ, ਉਹਦਾ ਫਿਰ ਕੀ ਇਲਾਜ ਕਰਨਾ ਚਾਹੀਦਾ? ਉਹਦਾ ਜਨਾਬ ਖੁਰਾਕ ਹੀ ਮਿਲਣੀ ਹੈ ਉਹਨੂੰ, ਡੰਗਰ ਤੰਦਰੁਸਤ ਹੋ ਗਿਆ ਖੁਰਾਕ ਮਿਲੇ ਦੁੱਧ ਵਧੇਗਾ। ਮੈਂ ਪੁੱਛਣਾ ਚਾਹ ਰਿਹਾ ਕਿ ਡੰਗਰ ਹੈ ਨਾ, ਉਹ ਬਿਮਾਰ ਹੋ ਗਿਆ, ਉਹ 10 ਕਿਲੋ ਦੁੱਧ ਦੇ ਰਿਹਾ ਸੀ, ਤੋ ਕਿੰਨੇ 'ਤੇ ਆਈਏਗਾ? ਉਹ 5 ਕਿਲੋ 'ਤੇ ਆਈਏਗਾ, 5 ਕਿਲੋ 'ਤੇ ਆਈਏਗਾ। ਇਹ ਗੱਲ ਕਲੀਅਰ ਹੋ ਗਈ। ਅਗਲੀ ਗੱਲ ਦੱਸੋ, ਉਹਦਾ ਦੁਬਾਰਾ 10 ਕਿਲੋ 'ਤੇ ਕਿਸ ਨਾਲ ਲੈ ਕੇ ਜਾਏਗਾ? ਉਹ ਖੁਰਾਕ ਖਾਏਗਾ ਫਿਰ ਉੱਥੇ ਜਾਏਗਾ, ਤੰਦਰੁਸਤ ਹੋਏ ਤਾਂ ਖੁਰਾਕ ਆਏ ਤਾਂ ਵਾਪਸ ਉੱਥੇ ਆਈਏਗਾ। ਅੱਛਾ ਜੀ, ਇਹ ਤਾਂ ਸਾਡੇ ਹੋ ਗਿਆ ਸਾਰਾ ਮਾਲੂਮਾਤ ਬਿਮਾਰੀ 'ਤੇ, ਅਤੇ ਤੁਸੀਂ ਮੋਟੀ ਮੋਟੀਆਂ ਬਿਮਾਰੀਆਂ ਦੇ ਇਲਾਜ ਦੱਸ ਦਿੱਤੇ ਨੇ। ਨਾਜ਼ਰੀਨ ਤੁਹਾਡੀ ਗੱਲ ਬਸ ਸੁਣ ਕੇ ਜ਼ਰੂਰ ਫਾਇਦਾ ਲੈਣਗੇ। ਉਹਨਾਂ ਨੇ ਆ ਕਿ ਮੱਝਾਂ ਦੀ ਪਹਿਚਾਣ 'ਤੇ, ਮੱਝ ਜਿਹੜੀ ਚੰਗੀ ਮੱਝ ਹੈ ਉਹ ਕਿੱਥੋਂ ਲੈਣੀ ਚਾਹੀਦੀ ਹੈ, ਕਿੱਥੋਂ ਲੱਭਦੀ ਹੈ? ਭਾਅ ਜੀ ਮੱਝ ਚੰਗੀ ਹਰ ਪਾਸੇ ਹੀ, ਉਹਦੇ ਆਪਣੀ ਨਿਗਾਹ। ਅੱਛਾ, ਉਹ ਬੰਦਾ ਜਿਹੜਾ ਜਾਣਦਾ ਪਛਾਣਦਾ, ਜਿਹਨੂੰ ਪਛਾਣ ਹੈ ਮੱਝਾਂ ਦੀ, ਉਹ ਕਿਤੇ ਵੀ ਲਾਈ ਹੋਊਗਾ ਤੁਹਾਨੂੰ ਚੰਗੀ ਮੈਂ ਕੱਢ ਕੇ ਦੇ ਦੇ। ਬੜੀ ਜ਼ਬਰਦਸਤ ਤੁਸੀਂ ਗੱਲ ਦੱਸੀ ਹੈ ਕਿ ਮੱਝਾਂ ਚਵੇ ਪਾਸੇ ਹੀ ਚੰਗੀਆਂ ਨੇ, ਹਰ ਪਾਸੇ ਚੰਗੀਆਂ ਨੇ। ਆਹ ਵੇਖਣ ਵਾਲੀ ਅੱਖ ਹੋਣੀ ਚਾਹੀਦੀ ਹੈ। ਕਿਹੜੀ ਕਿਹੜੀ ਚੀਜ਼ ਵੇਖੀਏ? ਸਿੰਘ ਵੇਖੀਏ, ਪੂਛਲ ਵੇਖੀਏ, ਥਣ ਵੇਖੀਏ, ਹੱਡੀ ਵੇਖੀਏ, ਕੀ ਵੇਖੀਏ? ਸਿੰਘਾਂ ਨੂੰ ਨਹੀਂ, ਥਣਾਂ ਨੂੰ ਨਹੀਂ, ਮੈਂ ਜੀ ਨਸਲ ਵੇਖਣੀ। ਨਸਲ ਕਿਹੜੀ ਚੰਗੀ ਜੀ? ਮੈਂ ਜਿਹਦੀ ਨਸਲ ਕਿਹੜੀ ਹੈ? ਅੱਛਾ, ਨਸਲ ਕਿਹੜੀ ਚੰਗੀ ਤੁਹਾਡੀ ਨਜ਼ਰ? ਸਾਡੀ ਨਸਲ ਤਾਂ ਮੇਰੀ ਨਿਗਾਹ ਜਿਹਦੇ ਨਸਲ ਅੱਧ ਦੀ ਸਾਹੀਵਾਲ ਦੀ, ਮੈਂ ਚੰਗੀ। ਮੈਂ ਉਹੀ ਪੁੱਛਣਾ ਚਾਹ ਰਿਹਾ ਕਿ ਸਾਹੀਵਾਲ ਦੀ ਮੱਝ ਦੀ ਪਹਿਚਾਣ ਕੀ ਹੈ? ਸਰਕਾਰ ਉੱਥੇ ਵੀ ਮੱਝਾਂ ਕਈਆਂ ਕਿਸਮਾਂ ਦੀਆਂ। ਅੱਛਾ ਜੀ, ਮਸਲਨ? ਮੈਂ ਜਾਣਾ ਹਰ ਮੰਡੀ ਜਾਣਾ ਹਰ ਫਲੇ। ਅੱਛਾ, ਕਈਆਂ ਨਸਲਾਂ ਦੀਆਂ ਮੱਝਾਂ ਵੇਖੀਆਂ ਨੇ, ਯਾਨੀ ਨੀਲੀ 'ਚ ਵੀ ਅੱਗੇ ਨਸਲਾਂ ਨੇ? ਹਾਂਜੀ। ਉਹ ਨਸਲਾਂ ਦਾ ਬਿਆਨ ਕਰਿਓ, ਕਿਹੜੀਆਂ ਕਿਹੜੀਆਂ ਬਿਆਨ? ਉਹ ਨਸਲਾਂ ਇੱਧਰ ਦੀਆਂ ਜਟਕੀਆਂ, ਬਜਵਾਦ ਦੀਆਂ, ਨਾਰੋਵਾਲ ਦੀਆਂ, ਸ਼ਕਰਗੜ੍ਹ ਦੀਆਂ, ਕੱਟੀਆਂ, ਪਲੀ ਦੀਆਂ, ਉੱਧਰ ਤੁਰ ਗਈਆਂ। ਅੱਛਾ, ਅਸਾਂ ਇੱਥੇ ਮਾਣ ਕਰਾਉਣ ਚੁੱਕ ਲੈਣ ਜੇ ਹਾਂ ਲੀਲੀ 'ਚ ਲਿਆਉਂਦੀ, ਪਰ ਮੈਂ ਜੰਪਲ ਲੀਲੀ ਦੀ ਨਹੀਂ ਹੈ। ਬੜੀ ਜ਼ਬਰਦਸਤ ਤੁਸੀਂ ਗੱਲ ਦੱਸੀਏ, ਇਹ ਗੱਲ ਅਸੀਂ ਅੱਗੇ ਵੀ ਸੁਣੀ ਸੀ ਕਿ ਇੱਥੋਂ ਮੱਝਾਂ ਲਾਈ ਜਾਂਦੇ ਨੇ, ਉੱਥੇ ਪਾਲ ਕੇ ਅਤੇ ਨੀਲੀਆਂ ਕਰਕੇ ਵੇਚ ਛੱਡਦੇ ਨੇ। ਸਰਕਾਰ ਮੈਂ ਉੱਥੋਂ ਗਿਆ ਜੂਹ ਦੇ ਵਿੱਚ, ਮੈਂ ਕਿਹਾ ਯਾਰ ਨਾਂ ਬੜਾ ਸੁਣਿਆ ਮੈਂ ਅਤੇ ਪੈਂਡਾ ਵੀ ਬੜਾ ਕਰਕੇ ਆਇਆ, ਕੱਲ੍ਹ 11 ਵਜੇ ਟੁਰੇ ਦੇ ਹਾਂ ਅਤੇ ਇਸਲੇ ਉੱਥੇ ਪਹੁੰਚੇ। ਠੀਕ ਹੋ ਗਿਆ, ਅਤੇ ਬੰਦੇ ਬੈਠੇ ਤਾਂ ਮੈਂ ਕਿਹਾ ਨਾਂ ਤਾਂ ਬੜਾ ਸੁਣਿਆ ਯਾਰ ਲੀਲੀ ਦਾ, ਅਤੇ ਲੀਲੀ ਦੀ ਆ ਕੇ ਮਈ ਦੇ ਕੋਈ ਮਰਜ਼ੀ ਦੀ ਵੇਖੀ ਨਹੀਂ। ਉਹ ਬੁੱਢਾ ਜਿਹਾ ਬੰਦਾ ਸੀ, ਉਹਨੂੰ ਗਰਮੀ ਸਰਦੀ ਲੱਗੀ ਗੱਲ ਦੀ, ਉਹਨੇ ਕਿਹਾ ਬੱਚਾ ਜਾ ਪਿਛਲੇ ਪਾਸੇ ਮੱਝਾਂ ਵੇਖ ਜਾ, ਨਲੀਆਂ ਵੇਖ। ਮੈਂ ਪਿਛਲੇ ਪਾਸੇ ਟੁਰ ਗਿਆ, ਮੈਂ ਵੇਖੀਆਂ ਮੱਝਾਂ, ਮੇਰਾ ਦਿਲ ਰਾਜ਼ੀ ਹੋਇਆ। ਜ਼ਿੰਦਾਬਾਦ। ਉਸ ਬੰਦੇ ਨੇ ਕਿਹਾ ਪੁੱਤਰ ਇਹ ਤੁਹਾਡੇ ਇਲਾਕੇ ਦੀਆਂ ਮੱਝਾਂ ਨੇ ਜਿਹੜੀਆਂ ਤੂੰ ਵੇਲਾ ਪਿਆ, ਇਹ ਤਾਂ ਹੁਣ ਸਾਡੀ ਜੂਹ ਨੂੰ ਜੁੱਤੀਆਂ ਵੀ ਵੱਜਦੀਆਂ ਨੇ, ਕੱਟੀਆਂ ਮੱਝਾਂ ਉੱਧਰੋਂ ਆ ਜਾਂਦੀਆਂ ਨੇ, ਪਰਤ ਕੇ ਲੋਕ ਕਹਿੰਦੇ ਨੇ ਹਾਂ ਲੀਲੀ 'ਚੋਂ ਲਿਆਉਂਦੀ, ਅਤੇ ਉਹ ਗੱਲ ਸਹੀ ਹੈ, ਲੀਲੀ 'ਚ ਆਏ ਨੇ, ਇੱਥੋਂ ਲੈ ਗਏ ਨੇ, ਇਹ ਮੱਝਾਂ ਸਾਡੀ ਜੂਹ ਦੀਆਂ ਨਹੀਂ ਆ। ਅੱਛਾ, ਤੁਹਾਡੀ ਇਹ ਗੱਲ ਇੱਕ ਸਦਕਾ ਜਾ ਰਹੀ ਹੈਗੀ, ਲੋਕਾਂ ਦਾ ਫਾਇਦਾ ਹੋਈਏ, ਤਾਂ ਤੁਹਾਡੀ ਗੱਲ ਕਿਹੜੀ ਗੱਲ? ਤੁਸੀਂ ਉਹਨਾਂ ਦੱਸੋ ਕਿ ਨੀਲੀ ਦੀ ਮੱਝ ਦੀ ਪਹਿਚਾਣ ਕਿਸ ਤਰ੍ਹਾਂ ਕਰਨੀ ਚਾਹੀਦੀ, ਤਾਂ ਕਿ ਧੋਖਾ ਕੋਈ ਨਾ ਖਾਏ? ਉਹ ਬਰੀਕ ਹੋਏਗੀ, ਥਣ ਮੁੱਠੀ ਹੋਣਗੇ, ਸਿੰਘ ਨਿੱਕੇ ਨਿੱਕੇ ਹੋਣਗੇ, ਮੂੰਹ ਪਤਲਾ ਜਿਹਾ ਹੋਏਗਾ, ਹੱਡੀਆਂ ਵੱਖੋ ਵੱਖ ਮੈਂ ਨਹੀਂ ਲੱਭਣ। ਧੁੰਨੀ ਦੇ ਬਾਰੇ 'ਚ ਕੀ ਹਾਲ ਹੈ? ਧੁੰਨੀ ਆਨੀ ਕੀ ਹੋਏਗੀ? 1 ਇੰਚ ਥਣ ਕਿੱਡੇ ਕਿੱਡੇ ਹੋਣਗੇ? ਥਣ ਮੁੱਠੀ, ਜਿੰਨੇ ਮੁੱਠਾਂ 'ਚ ਹੋਣਗੇ। ਅਗਲੇ ਥਣ ਅਤੇ ਪਿਛਲੇ ਥਣ ਇੱਕੋ ਜਿਹੇ ਹੋਣਗੇ, ਫਰਕ ਤਾਂ ਮਾਸਾ ਹੋ ਜਾਂਦਾ ਅਗਲੇ ਪਿਛਲਿਆਂ 'ਚ। ਥਣਾਂ 'ਚ ਫਰਕ ਕਿੰਨਾ ਹੈ? ਇਹ ਕੋਈ 2-4 ਦਾ, 5-5 ਦਾ ਲਾ ਲਓ, ਇੰਨਾ ਕੁ ਇੰਚ, 4-4, 5-5 ਇੰਚ ਫਰਕ ਹੋਏਗਾ ਤਾਰਾ, ਬਹੁਤ ਲੰਮੇ ਥਾਂ। ਪੂਛਲ ਕਿਹੋ ਜਿਹੀ ਹੋਏ? ਪੂਛਲ ਪੂਰੀ ਹੋਏਗੀ, ਪੂਰੀ ਲੰਬੀ ਹੋਏਗੀ। ਵਾਨਾ ਉਹਦਾ ਕਿਹੋ ਜਿਹਾ ਹੋਏ? ਵਾਨਾ ਅਗਾਂ ਪਿੱਛਾ ਹੋਏਗਾ, ਅਗਾਂ ਪਿੱਛਾ ਵਾਨਾ ਹੋਏ, ਅਤੇ ਹੱਡੀ ਜਿਹੜੀ ਹੁੰਦੀ ਹੈ ਪਿੱਛੇ ਪਤਲੀ ਹੁੰਦੀ ਹੈ, ਪਤਲੀ ਹੱਡੀ ਹੁੰਦੀ ਹੈ। ਚਮੜੀ ਕਿਹੋ ਜਿਹੀ ਹੁੰਦੀ ਹੈ? ਪਤਲੀ, ਬਰੀਕ, ਬਰੀਕ ਚਮੜੀ। ਮੂੰਹ ਇੰਝ ਹੋਏਗਾ, ਮੈਂ ਤਾਂ ਮੂੰਹ ਜਿਹਾ ਤੁਸੀਂ ਆਪ ਹੀ ਰੱਖਿਆ ਵਾ, ਉਹ ਤੁਹਾਨੂੰ ਮੈਂ ਵਹਾਨਾ ਲੀਲੀ ਦੀ, ਮੈਂ ਉਹਦੀ ਵੇਖੋ ਤੁਸੀਂ ਨਾ। ਠੀਕ ਹੈ, ਉਹ ਅਸੀਂ ਜਨਾਬ ਵੇਖਦੇ ਹਾਂ। ਅਤੇ ਉਹਦੇ ਬਾਅਦ ਅੱਖ ਕਿਹੋ ਜਿਹੀ ਹੋਏ? ਅੱਖ ਕਾਲੀ ਹੋਏਗੀ, ਕਾਲੀ ਸਿਆਹ ਸੁਣਿਆ, ਅੱਖ ਹੁੰਦੀ ਕਾਲੀ ਮੈਂ ਹੋਏਗੀ, ਕੋਈ ਫੁੱਲੀ ਦਾ ਮੱਥੇ 'ਤੇ ਹੋਏਗੀ, ਸਮਝ ਆਈ? ਜੋ ਮੰਝਾਂ ਉਸ ਜੂ ਦੀਆਂ ਹੁੰਦੀਆਂ ਕਾਲੀਆਂ। ਸਹੀ ਹੋ ਗਿਆ, ਪੂਛਲ ਮੈਂ ਦਾ ਹੋਏਗਾ, ਚਿੱਟਾ ਜਿਹਾ ਥੋੜ੍ਹਾ ਬਹੁਤਾ ਵੀ ਹੋਇਆ। ਸਵਾਲ ਇਹ ਕਹਿ ਰਹੇ ਕਿ ਖੁਰਾਕ ਦੇ ਹਵਾਲੇ ਨਾਲ ਪੁੱਛਣਾ ਚਾਹ ਰਹੇ ਹਾਂ, ਖੁਰਾਕ 'ਚ ਲੋਕ ਕਹਿੰਦੇ ਨੇ ਵੰਡਾ ਪਾਉਣਾ ਪੈਂਦਾ, ਵੰਡੇ ਦੇ ਵਿੱਚ ਅੱਜ ਕੱਲ੍ਹ ਬਾਜ਼ਾਰੀ ਵੰਡੇ ਵੀ ਆਏ ਨੇ, ਅਤੇ ਕੁਛ ਲੋਕ ਖਾਲ
ਜਿੰਨਾ ਮੱਝ ਖਾ ਕੇ ਵੰਡਾ ਪਹੁੰਚਾ ਲਏ ਤੇ ਪਹੁੰਚਾਉਣਾ ਤੇ ਉਹਨੇ 9-10 ਦੁੱਧ ਕਰਨਾ, ਜਿਹਨੇ ਸ਼ੇਰ ਖਾਣਾ ਉਹਨੂੰ 10 ਵੰਡਾ ਪਾ ਦੀ ਉਹਨੇ 50 ਕਿਸੋ ਲੈਣਾ। ਠੀਕ ਹੈ, ਸਮਝ ਆ ਗਈ। ਜੇ ਮੈਂ ਪਾ ਘਿਓ ਪੀਣਾ ਤੇ ਮੈਂ 1.5 ਘੰਟਾ ਕਈ ਮਾਰਨਾ ਤੇ ਮੈਨੂੰ ਪਚਦਾ, ਜੇ ਮੈਂ ਘਿਓ ਪੀ ਕੇ ਲੰਮਿਆਂ ਪੈਰਾਂ ਨੇ ਸ਼ਾਮ ਨੂੰ ਡਾਕਟਰ ਤੇ ਜਾਣਾ। ਸਹੀ ਹੈ, ਕਿਉਂ ਭਾਜੀ? ਸਹੀ ਹੋ ਗਿਆ। ਤੇ ਇਹ ਖਾਣਾ ਤੇ ਉਹਨੇ ਜਿਹਨੇ ਕਰਨਾ ਕੁਝ, ਜਿਹਨੇ ਕਰਨਾ ਕੁਝ ਨਹੀਂ ਉਹਨੇ ਖਾਣਾ ਕੀ? ਸਹੀ ਹੋ ਗਿਆ। ਮੈਂ ਬੁੱਢਾ ਬੰਦਾ ਹਜੇ ਵੀ 30 ਡੰਗਰ ਚੋ ਲੈਣਾ, ਮਾਸ਼ਾ ਅੱਲਾਹ ਜ਼ਿੰਦਾਬਾਦ। 40 ਡੰਗਰ ਨੇ, 50-60 ਬੰਦੇ ਨੇ, ਬੰਦਾ ਨਸ ਵੀ ਜਾਏ ਮੈਨੂੰ ਕੋਈ ਭਾਰ। ਸਹੀ ਹੈ, ਮੈਂ ਗੋਹਾ ਵੀ ਸੁੱਟ ਲੈਣਾ, ਮਾਲ ਚੋ ਵੀ ਲੈਣਾ, ਬੰਨ ਵੀ ਲੈਣਾ, ਖੋਲ ਵੀ ਲੈਣਾ, ਹਰ ਕੰਮ। ਮੱਝ ਅਗਰ 14 ਕਿਲੋ ਦੁੱਧ ਦਿੰਦੀ ਹੈ ਤੇ ਉਹਨੂੰ ਕਿੰਨਾ ਵੰਡਾ ਦੇਣਾ ਚਾਹੀਦਾ? ਉਹਨੂੰ ਵੰਡ ਘੱਟ ਤੋਂ ਘੱਟ ਮੈਂ ਉਹਨੂੰ ਕੋਈ 7-8 ਸਰ ਪਾਉਣਾ ਚਾਹੀਦਾ, ਕੋਈ 400 ਉਹਲੇ, ਕੋਈ 400 ਉਹਲੇ। ਉਹਦੇ ਵਿੱਚ ਕਿਹੜੀਆਂ ਚੀਜ਼ਾਂ ਪਾਉਣੀ ਚਾਹੀਦੀਆਂ ਨੇ? ਅਸੀਂ ਤਾਂ ਹੁਣ ਭਾਜ ਬੰਦੇ ਵੰਡ ਪਾਉਣ ਲੱਗ ਪਏ ਨੇ ਜੀ, ਫਾਰਮੀ ਵੰਡ ਅਸੀਂ ਅੱਜ ਤੱਕ ਨਾ ਪਾਇਆ ਜੀ ਤੇ ਨਾ ਲਿਆਂਦਾ। ਠੀਕ ਹੈ, ਅਸੀਂ ਸੂੜੀ, ਚੋਕਰ, ਖਲ ਵਡੇਵਿਆਂ ਦੀ ਰੋਟੀਆਂ, ਚੂੜਾ ਹੈ ਹੀ ਪਾਉਂਦੇ ਜੀ। 12 ਮਹੀਨੇ ਭੇਜ ਕੇ ਪਾਉਂਦੇ ਹੋ ਜਾਂ ਕਦੀ ਸੁੱਕਾ? 12 ਮਹੀਨੇ ਭੇਜ ਕੇ ਪਾਉਣੀ, ਅਸੀਂ ਸੁੱਕਾ ਨਹੀਂ ਪਾਉਂਦੇ, ਹੁਣ ਵੀ ਭੇਜ ਹੀ ਪਾਉਂਦੇ। ਠੀਕ ਹੈ, 8-8, 9-9 ਸਿਰ ਡੰਗਰਾਂ ਕੋਲੋਂ ਸਵੇਲੇ ਦੁੱਧ ਚੋਣੇ ਆ, ਸ਼ਾਮੀ ਵੀ 5-5, 6-6 ਸਿਰ ਖੁੱਲ੍ਹਾ ਕਰ। ਠੀਕ ਹੈ, ਅਸਾਂ ਤਾਂ ਨਾ ਕੋਈ ਲਿਆ ਕੇ ਹੋਰ ਕੋਈ ਵੰਡਾ ਪਾਇਆ ਅਤੇ ਨਾ ਪਾਇਆ, ਨਾ ਪਾਇਆ। ਮੱਝ ਨੂੰ ਕਿਆ ਰੋਜ਼ਾਨਾ ਤੂੜੀ ਵੀ ਚਾਹੀਦੀ ਹੁੰਦੀ ਹੈ? ਬਿਲਕੁਲ, ਤੂੜੀ ਬਾਹਰ ਗੈਰ ਜਿਹੜੀ ਮਹੀਂ ਨੂੰ ਨਹੀਂ ਮਿਲਣੀ ਉਹਨੇ ਸ਼ਾਮ ਨੂੰ ਗਵਾਲੀ, ਰਾਤ ਨੂੰ ਕਿੱਥੋਂ ਕਰਨੀ? ਠੀਕ ਹੈ, ਤੁਸੀਂ ਚੌਲ ਖਾਓਗੇ ਰਾਤੀ 11 ਵਜੇ ਤਾਂ ਭੁੱਖ ਲੱਗ ਪਏਗੀ, ਤੁਸੀਂ ਰੋਟੀ ਖਾ ਕੇ ਸੋਵੋਗੇ ਸਵੇਰੇ 6 ਵਜੇ ਸੁੱਤੇ ਉੱਠੋਗੇ, ਰੋਟੀ ਜੀ ਅਤੇ ਤੂੜੀ ਜਾਨਾ ਸਬਰ। ਬਿਲਕੁਲ ਸਹੀ ਹੋ ਗਿਆ। ਹਰਾ ਸ਼ਟਾਲਾ ਇਹਦੀ ਕੀ ਅਹਿਮੀਅਤ, ਕਿੰਨਾ ਕੁ ਹੋਣਾ ਚਾਹੀਦਾ ਇਹ? ਅੱਜ ਤਾਂ ਮੱਝ ਨੂੰ ਤੁਸੀਂ ਸਿਆਣਿਆਂ ਦੇ ਹੁੰਦੇ ਹਨ, ਅੱਜ ਦਾ ਯਾਰ ਰੁੱਗ ਮੁੱਠ ਅਤੇ ਫੱਗਣ ਚੇਤਰ ਦੀ ਪੰਡ ਇੱਕ ਬਰਾਬਰ। ਠੀਕ ਅੱਜ ਤਾਂ ਮੈਂ ਉਹਨੂੰ ਇੰਨਾ ਕੁ ਵੀ ਮਿਲ ਗਿਆ ਕਿ ਉਹ ਵੀ ਚੇਤਰ ਜੀ ਨੂੰ ਮਗਤ ਰੱਖ। ਸਹੀ ਹੈ, ਯਾਨੀ ਅੱਜ ਕੱਲ੍ਹ ਸ਼ਟਾਲੇ ਦੀ ਜ਼ਿਆਦਾ ਅਹਿਮੀਅਤ ਹੈ। ਸਹੀ ਹੋ ਗਿਆ, ਠੀਕ ਹੋ ਗਿਆ। ਅੱਛਾ ਉਹਨਾਂ ਦੱਸਿਓ ਕਿ ਤੁਹਾਡੇ ਕੋਲ ਮਾਸ਼ਾਅੱਲਾ ਟੋਟਲ ਕਿੰਨੇ ਡੰਗਰ ਨੇ? ਮੇਰੇ ਕੋਲ ਮਾਸ਼ਾਅੱਲਾ ਡੰਗਰ ਕੋਲ 60 ਹੈ। 60 ਡੰਗਰ ਹੈ ਨੇ, ਅਤੇ ਇਸ ਕੰਮ ਨੂੰ ਤੁਸੀਂ ਸਾਰੀ ਜ਼ਿੰਦਗੀ ਕੀਤਾ, ਕਿਸ ਤਰ੍ਹਾਂ ਦਾ ਪਾਇਆ, ਚੰਗਾ ਜਾਂ ਬੁਰਾ? ਇਮਾਨਦਾਰੀ ਨਾਲ ਗੱਲ ਦੱਸਣੀ ਤਾਂ ਕਿ ਕੋਈ ਬੰਦਾ ਸੁਣੇ ਅਤੇ ਉਹਨੂੰ ਮਜ਼ਾ ਆਏ। ਸਰਕਾਰ, ਮੈਂ ਤਾਂ ਖਾਣਾ ਪੀਣਾ ਤਾਂ ਹੁੰਦਾ ਜਨਾਬ ਪੁੱਜਦਾ, ਮੇਰਾ ਵੀ ਦਿਲ ਕਰਦਾ ਫਰੂਟ ਖਾਵਾਂ, ਚਾਟ ਖਾਵਾਂ, ਉੱਥੇ ਜੂਸ ਪੀਵਾਂ, ਉੱਥੇ ਪੀਵਾਂ, ਦਿੱਤੀ ਜਾਣਾ ਭਾਜੀ ਬੋਝੀ ਨਾਲ ਹੀ ਹੈ, ਜੇ ਮੇਰੀ ਬੋਝੀ 'ਚ ਕੁਝ ਆਇਆ ਤਾਂ ਮੈਂ ਤਾਂ ਤੁਰ ਜਾਣਾ ਜਿੱਥੇ ਦਿਲ ਕਰੇ, ਖਾਣਾ ਤਾਂ ਪੁੱਜਦਾ ਹੀ ਹੁੰਦਾ, ਅਤੇ ਬਾਹਰ ਹਾਲ ਗੁੰਜਾਇਸ਼ ਜਿੰਨੀ ਕੋਈ ਉਹਨਾਂ ਕੋਲ ਵੰਡ ਮਾਰ ਕੇ ਪਾ ਲਈ। ਸਹੀ ਹੈ, ਕੰਮ ਕਿਸ ਤਰ੍ਹਾਂ ਦਾ ਤੁਸੀਂ ਪਾਇਆ, ਅੱਛਾ ਹੈ ਜਾਂ ਬੁਰਾ ਹੈ, ਕਰਨਾ ਚਾਹੀਦਾ ਨੌਜਵਾਨਾਂ ਨੂੰ? ਜਨਾਬ ਯਾਰ ਜੀ, ਕਸਰ ਵੀ ਹੈ ਤਾਂ ਵੀ ਆਹ ਕੀਤਾ, ਜੇ ਨਫ਼ਾ ਤਾਂ ਤਾਂ ਵੀ ਆਹ ਕੀਤਾ। ਕਸਰ ਕਿਉਂ ਲੱਗ ਜਾਂਦੀ ਹੈ ਅਤੇ ਨਫ਼ਾ ਤਾਂ ਜ਼ਾਹਰ ਕਿਆ? ਮੇਰੀ ਗੱਲ ਸੁਣ ਦਿਓ, ਤੰਗੀ ਤਕਲੀਫ ਦਾ ਕੋਈ ਪਤਾ? ਹੁਣਾਂ ਬਾਰਿਸ਼ਾਂ ਹੋਈਆਂ ਨੇ, ਰਾਸ਼ਨ ਮਹਿੰਗਾ ਹੋ ਗਿਆ, ਤੂੜੀ ਵੰਡਾ ਮਹਿੰਗਾ ਹੋ ਗਿਆ, ਪਰਾਲੀਆਂ ਮਹਿੰਗੀਆਂ ਹੋ ਗਈਆਂ, ਅਤੇ ਹੁਣ ਇਹਨਾਂ ਜੀ ਕਸਰ ਹੀ ਹੈ ਕਿ 5 ਦੀ ਸ਼ਾਇਦ ਜਿਹੜੀ 10 ਦੀ ਲਵੇ। ਸਹੀ ਹੋ ਗਿਆ, ਠੀਕ ਹੈ। ਅੱਛਾ ਚਾਚਾ ਜੀ, ਕੋਈ ਇਹੋ ਜਿਹੀ ਅਹਿਮ ਗੱਲ ਜਿਹੜੀ ਤੁਸੀਂ ਉਹਨਾਂ ਲੋਕਾਂ ਦੱਸਣਾ ਚਾਹੋ ਜਿਹੜੇ ਤੁਹਾਡੇ ਤੱਕ ਨਹੀਂ ਪੁੱਜ ਸਕਦੇ, ਕਿ ਡੰਗਰਾਂ ਨੂੰ ਕਿਸ ਤਰ੍ਹਾਂ ਰੱਖਣਾ ਚਾਹੀਦਾ, ਬਿਮਾਰੀਆਂ ਤੋਂ ਕਿਸ ਤਰ੍ਹਾਂ ਬਚਣਾ ਚਾਹੀਦਾ, ਸਾਰੀ ਡਿਟੇਲ ਸਾਨੂੰ ਦੱਸਿਓ। ਮੈਂ ਸਾਰ ਕਿਸੇ ਬੰਦੇ ਨੂੰ ਨਕਾਰ ਨਹੀਂ ਕਰਦਾ ਵੀ ਰਾਤ ਨੂੰ ਕੁਆਇਆ ਤੇ ਮੈਂ ਜਨਾਵਾਦ। ਸਹੀ ਹੈ, ਇਹ ਪਿਛਲੇ ਪਾਸੇ ਫਾਰਮ ਹੈ ਬੜਾ ਵੱਡਾ, ਉਹਨਾਂ ਨੂੰ ਹੁਣੀ ਸਿਲਸਿਲਾ ਨਵਾਂ ਸ਼ੁਰੂ ਕੀਤਾ, ਉਹ ਬੰਦੇ ਮੇਰੇ ਕੋਲ ਆ ਗਏ, ਯਾਰ ਡਾਕਟਰ ਆਇਆ ਮੈਂ ਨਹੀਂ ਸੂਈ, ਬੰਦੇ ਲਿਆਂਦੇ ਨੇ ਮੈਂ ਨਹੀਂ ਸੂਈ, ਮੈਂ ਟੁਰ ਗਿਆ, ਕੱਪੜੇ ਲਾਏ ਮੈਂ, ਤੇਲ ਹੱਥ ਲਾ ਕੇ ਬਾਂਹ ਨੂੰ, ਅਤੇ ਮੈਂ ਅੰਦਰ ਮੈਂ ਤਾਂ ਬਾਂਹ ਕੀਤੀ, ਅਤੇ ਮੈਂ ਕਿਹਾ ਮੈਂ ਸੂ ਨਹੀਂ ਸਕਦਾ, ਮੈਂ ਉਹਨਾਂ ਨੂੰ ਕਿਹਾ ਮੱਝ ਵੇਚ ਚੱਲ, ਉਹਨੇ ਕਿਹਾ ਯਾਰ ਮੈਂ ਬੜੀ ਚੰਗੀ ਹੈ, ਮੈਂ ਕਿਹਾ ਚੰਗੀ ਕਾਹਦੀ ਰਹਿ ਗਈ, ਹੁਣ ਮੌਤ ਦੇ ਮੂੰਹ 'ਚ ਗਈ। ਚਲੋ ਅਸੀਂ ਘੜੀ ਬੈਠੇ ਚਾਹ ਸ਼ਾਹ ਪੀਤੀ, ਮੈਂ ਟੁਰਿਆ, ਪਿੱਛੋਂ ਡਾਕਟਰ ਆਇਆ ਚੁੰਡਿਓ, ਅੱਛਾ ਉਹਨੇ ਮੈਂ ਆਪਰੇਸ਼ਨ ਕਰਕੇ ਬੱਚਾ ਕੱਢਿਆ, ਦੂਜੇ ਦਿਨ ਮੈਂ ਮਰ ਗਿਆ, ਮੈਨੂੰ ਉਹਨਾਂ ਬੰਦਿਆਂ ਫਿਰ ਸੱਦ ਲਿਆ, ਮੈਂ ਟੁਰ ਗਿਆ, ਮੈਨੂੰ ਕਹਿੰਦੇ ਨੇ ਤੇਰੀ ਨਿਗਾਹ 'ਚ ਕੀ ਗੱਲ ਆਈ, ਮੈਂ ਕਿਹਾ ਮੈਂ ਵੀ ਬੱਚੇ ਦਾਣੀ ਖੁੱਲ੍ਹ ਕੇ ਬੰਦ ਹੋ ਗਈ ਸੀ, ਹੈ ਨਹੀਂ ਖੁੱਲ ਸਕਦਾ, ਮੈਂ ਕਿਹਾ ਮੰਨ ਛੜਿਆ ਤੂੰ ਉਸਤਾਦ, ਜ਼ਿੰਦਾਬਾਦ। ਭਾਅ ਜੀ ਇਹੋ ਜਿਹੇ ਮਸਲੇ ਮੈਂ ਜਾਣਦਾ। ਤਾਂ ਜਿਹੜੇ ਮੱਝਾਂ ਨਹੀਂ ਸੁਣਦੀਆਂ ਉਹਨਾਂ ਦੀ ਕਿਹੜੀ ਕਿਹੜੀ ਵਜ੍ਹਾ ਹੋ ਸਕਦੀ ਹੈ? ਇੱਕ ਤਾਂ ਤੁਸੀਂ ਬੱਚੇ ਨਦਾਨੀ ਨੇ ਦੱਸੀ ਹੈ ਨਾ, ਹੋਰ ਕਿਹੜੀ ਕਿਹੜੀ ਵਜ੍ਹਾ ਹੁੰਦੀ? ਉਹ ਸਰਕਾਰ ਮੈਂ ਤਾਂ ਜਦੋਂ ਬੱਚੇ ਦਾਣੀ 'ਚੋਂ ਬੱਚਾ ਨਿਕਲ ਆਉਣਾ ਉਹ ਫਿਰ ਸੁਆਣੀ ਪੈਂਦੀ, ਪਿਛਾੜ ਵੀ ਗਿਆ ਉਹ ਕਿੱਥੇ ਕਿਤੇ ਪਿੱਛੇ ਅੜ ਗਿਆ ਜਾਂ ਬਹਾਨੇ 'ਚ ਡਿੱਗ ਪਿਆ ਜਾਂ ਕੋਈ ਮਸਲਾ ਬਣ ਗਿਆ ਉਹ ਸੂ ਪੈਂਦਾ। ਮੱਝ ਪਹਿਲਾਂ ਲੈਣੀ ਚਾਹੀਦੀ ਹੈ ਜਾਂ ਦੂਸਰੇ ਤੀਸਰੇ ਚੌਥੇ ਸੂਏ? ਸਰਕਾਰ ਮੈਂ ਤਾਂ ਪਹਿਲਾਂ 'ਚ ਫਾਇਦਾ, ਜਿਹੜੀ ਮੈਂ ਤੀਸਰੇ ਸੂਏ ਵੀ ਉਹ 2-4 ਸਾਲ ਉਮਰ ਗੁਜ਼ਰ ਗਈ ਦੀ ਉਹਦੀ, ਜਿਹੜੀ ਪਹਿਲਾਂ ਉਹਨੇ ਆਹ ਰੋਜ਼ ਜ਼ੋਰ ਲਾ ਕੇ ਉੱਥੇ ਜਾਣਾ, ਕੋਈ ਫਾਇਦਾ ਦੇ ਕੇ ਤੀਸਰੇ ਸੂਏ 'ਤੇ ਜਾਣਾ ਹੋ? ਬਿਲਕੁਲ, ਸਮਝ ਆ ਗਈ, ਫਾਇਦਾ ਤਾਂ ਪਹਿਲਾਂ 'ਚ ਝੋਟੀ 'ਚ ਹੀ ਹੈ। ਲੇਕਿਨ ਕੁਛ ਲੋਕ ਕਹਿੰਦੇ ਨੇ ਕਿ ਪਹਿਲਾਂ ਦੇ ਵਿੱਚ ਦੁੱਧ ਘੱਟ ਹੁੰਦਾ, ਦੂਸਰੇ ਸੂਏ ਲੈਣੀ ਚਾਹੀਦੀ, ਤੁਹਾਡਾ ਕੀ ਖਿਆਲ? ਉਹ ਤਾਂ ਤੁਹਾਨੂੰ ਮੈਂ ਦੱਸ ਰਿਹਾ, ਜਿਹੜੀ ਮੈਂ ਤੁਸੀਂ ਹੱਥੋਂ ਤੁਰ ਪੈਂਦੇ ਹੋ, ਮੈਂ ਫੜਕ ਤੋਂ ਤੁਰ ਪੈਂਦਾ, ਤੁਸੀਂ ਤਾਂ ਮੈਨੂੰ ਨੱਸ ਕੇ ਲੈ ਲੈਣ, ਅਤੇ ਬਹਰਹਾਲ ਜਿਹੜੀ ਮੈਂ ਪਹਿਲਾਂ ਲੈਣੀ ਉਹਦਾ ਤਾਂ ਹਰ ਪਾਸੇ ਵੱਧ।
ਠੀਕ ਹੈ ਚਾਚਾ ਜੀ, ਬਹੁਤ ਮਫੀਦ ਤੁਸੀਂ ਸਾਨੂੰ ਗੁਫਤਗੂ ਦੱਸੀ ਹੈ। ਹੁਣ ਜ਼ਰਾ ਸਾਨੂੰ ਨੀਲੀ ਦੀ ਪਹਿਚਾਣ ਕਰਾ ਲਓ, ਇੱਧਰ ਨੇੜੇ ਹੋ ਗਏ ਵਹਾਇਓ ਦੀਆਂ ਪਹਿਚਾਣਾਂ। ਇੱਕ ਤਾਂ ਸਿੰਘ ਹੋ ਗਏ ਗੋਲ ਦੇ, ਮੁੱਠ ਅੰਗਰਾ, ਮੂੰਹ ਪਤਲਾ, ਮੂੰਹ ਬਿਲਕੁਲ ਪਤਲਾ, ਠੀਕ ਸੋਹਣੇ ਮੁੱਠੀ।